ਅੱਜ ਫਿਰੋਜ਼ਪੁਰ ਦੇ ਐਸਐਸਪੀ ਦਫ਼ਤਰ ਸਤਿਕਾਰ ਕਮੇਟੀ ਦੇ ਆਗੂ ਸੁਖਜੀਤ ਸਿੰਘ ਖੋਸੇ ਪਹੁੰਚੇ ਜਿੱਥੇ ਉਹਨਾਂ ਬੀਤੀ ਦਿਨੀ ਹਰੀਕੇ ਦੇ ਬੰਗਾਲੀ ਵਾਲੇ ਪੁਲ ਤੋਂ ਗ੍ਰਿਫਤਾਰ ਕੀਤੇ ਨੌਜਵਾਨਾਂ ਦੀ ਰਿਹਾਈ ਲਈ ਐਸਐਸਪੀ ਫਿਰੋਜ਼ਪੁਰ ਨਾਲ ਗੱਲਬਾਤ ਕੀਤੀ ਤੇ ਕੋਈ ਇਹੋ ਜਿਹੀ ਗੱਲ ਨਹੀਂ ਕਰਨਗੇ ਜਿਹਦੇ ਨਾਲ ਪੰਜਾਬ ਤੇ ਪੰਜਾਬੀਅਤ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਹੋਵੇ ਉੱਥੇ ਹੀ ਸੁਖਜੀਤ ਸਿੰਘ ਖੋਸੇ ਅਮਰਿਤਪਾਲ ਸਿੰਘ ਨੂੰ ਲੈ ਕੇ ਵੀ ਭੜਕ ਦੇ ਨਜ਼ਰ ਆਏ ਗੱਲਬਾਤ ਦੌਰਾਨ ਸੁਖਜੀਤ ਸਿੰਘ ਨੇ ਕਿਹਾ ਕਿ ਅਮਰਿਤਪਾਲ ਸਾਹਮਣੇ ਆਉਣਾ ਚਾਹੀਦਾ ਹੈ ਕਿਉਂਕਿ ਅਮਰਿਤਪਾਲ ਤਾਂ ਅੱਜ ਫਰਾਰ ਹੈ ਪਰ ਜੋ ਨੌਜਵਾਨ ਅਮਰਿਤਪਾਲ ਦੇ ਕਾਰਨ ਜੇਲ੍ਹਾਂ ਵਿੱਚ ਬੈਠੇ ਨੇ ਉਹਨਾਂ ਦੀ ਸਾਰ ਅੱਜ ਕੋਈ ਨਹੀਂ ਲੈ ਰਿਹਾ ਦੇਖੋ ਜੀ ਅਮਰਿਤਪਾਲ ਨੂੰ ਲੈ ਕੇ ਮੁੱਦਾ ਜਿਹੜਾ ਭਖਿਆ ਹੋਇਆ ਉਹਦੇ ਵਿੱਚ ਗੱਲ ਇਹ ਆ ਕਿ ਅਮਰਿਤਪਾਲ ਹੁਣਾਂ ਦੇ ਆਪਣੇ ਮੂੰਹ ਦੇ ਬੋਲ ਸੀਗੇ ਕਿ ਮੈਂ ਕਦੇ ਭੱਜਾਂਗਾ ਨਹੀਂ ਮੈਂ ਇਹੋ ਜੀ ਕੋਈ ਗੱਲ ਨਹੀਂ ਕਰਾਂਗਾ ਕਿ ਕੌਮ ਰਾਹ ਵਿੱਚ ਛੁੱਟ ਜਾਏ ਤੇ ਮੈਂ ਭੱਜ ਜਾਵਾਂ ਫਤਿਹ ਐਸਐਸਐਸ ਐਸਐਸਪੀ ਸਾਹਿਬ ਦੇ ਦਫਤਰ ਚ ਆਉਣ ਦਾ ਸਾਡਾ ਇੱਕੋ ਹੀ ਕਾਰਨ ਆ ਕਿ ਪਿਛਲੇ ਦਿਨੀ ਬੰਗਾਲੀ ਵਾਲੇ ਪੁਲ ਦੇ ਉੱਤੇ ਇੱਕ ਐਗਿਟੇਸ਼ਨ ਹੋ ਰਿਹਾ ਸੀਗਾ ਉਹਦੇ ਵਿੱਚ ਸਾਡੇ 15 ਨੌਜਵਾਨ ਜਿਹੜੇ 307 ਵਿੱਚ ਅੰਦਰ ਆ ਤੇ ਉਹ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਆ ਉਹਦੇ ਸਬੰਧ ਵਿੱਚ ਉਹਨਾਂ ਨੂੰ ਬੇਨਤੀਆਂ ਕੀਤੀਆਂ ਆ ਤੇ ਉਹਨਾਂ ਨੇ ਸਾਡੀ ਬੇਨਤੀ ਨੂੰ ਮੰਨਿਆ ਆ ਤੇ ਜਲਦੀ ਤੋਂ ਜਲਦੀ ਉਹਨਾਂ ਨੇ ਭਰੋਸਾ ਦਿੱਤਾ ਆ ਕਿ ਅਸੀਂ ਇਹਨਾਂ ਨੂੰ ਰਿਲੀਜ਼ ਕਰਾਂਗੇ ਕਰਾਂਗੇ ਇਸ ਸ਼ਰਤ ਦੇ ਉੱਤੇ ਕਿ ਇਹਨਾਂ ਦੇ ਕੋਈ ਪਰਿਵਾਰ ਦਾ ਮੈਂਬਰ ਜਾਂ ਕੋਈ ਸਰਪੰਚ ਪਿੰਡ ਦਾ ਮੋਢਵਾਰ ਇਹਨਾਂ ਦੀ ਜ਼ਿੰਮੇਵਾਰੀ ਚੱਕੇ ਕਿ ਇਹ ਅੱਗੇ ਵਾਸਤੇ ਕੋਈ ਇਹੋ ਜਿਹੀ ਗੱਲ ਨਹੀਂ ਕਰਨਗੇ ਜਿਹਦੇ ਨਾਲ ਪੰਜਾਬ ਤੇ ਪੰਜਾਬੀਅਤ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਹੋਵੇ ਦੇਖੋ ਜੀ ਅਮਰਤਪਾਲ ਨੂੰ ਲੈ ਕੇ ਮੁੱਦਾ ਜਿਹੜਾ ਪੱਖਿਆ ਹੋਇਆ ਉਹਦੇ ਵਿੱਚ ਗੱਲ ਇਹ ਆ ਕਿ ਅਮਰਤਪਾਲ ਹੁਣਾਂ ਦੇ ਆਪਣੇ ਮੂੰਹ ਦੇ ਬੋਲ ਸੀਗੇ ਕਿ ਮੈਂ ਕਦੇ ਭੱਜਾਂਗਾ ਨਹੀਂ ਮੈਂ ਇਹੋ ਜੀ ਕੋਈ ਗੱਲ ਨਹੀਂ ਕਰਾਂਗਾ ਕਿ ਕੌਮ ਰਾਹ ਵਿੱਚ ਛੁੱਟ ਜਾਏ ਤੇ ਮੈਂ ਭੱਜ ਜਾਵਾਂ ਪਰ ਅੱਜ ਸਾਡਾ ਸਵਾਲ ਹੈ ਭਾਈ ਅਮਰਪਾਲ ਸਿੰਘ ਹੁਣਾਂ ਨੂੰ ਜੇ ਉਹ ਸਾਡੀ ਆਵਾਜ਼ ਸੁਣਦੇ ਆ ਵੀ ਆ ਜਿਹੜੇ ਮਹੂ ਏਰੀਏ ਦੇ ਜੀਰੇ ਏਰੀਏ ਦੇ ਨੌਜਵਾਨ ਜਿਹੜੇ ਹੈਗੇ ਆ ਇਹ ਅੱਜ ਜੇਲਾਂ ਵਿੱਚ ਅੰਦਰ ਤੜਗੇ ਹੋਏ ਆ ਇਹ ਕਿਹਦੇ ਕਾਰਨ ਤੜੇ ਆ ਤੁਸੀਂ ਨਹੀਂ ਭਜੋਗੇ ਅਸੀਂ ਵੀ ਮੰਨਦੇ ਆ ਨਹੀਂ ਭਜੋਗੇ ਪਰੰਤੂ ਅੱਜ ਏ ਨੌਜਵਾਨ ਤੁਹਾਡੀ ਅਡੀਕ ਕਰਦੇ ਆ ਤੁਸੀਂ ਆਪ ਵੀ ਪੇਸ਼ ਹੋਵੋ ਤੇ ਇਹਨਾਂ ਨੂੰ ਛਡਾਓ ਕਿਉਂਕਿ ਗੁਰੂ ਦਾ ਸਿੱਖ ਜਿਹੜਾ ਹੈਗਾ ਬਚਨ ਕਰੇ ਖਿਸਕ ਜਾਏ ਸੋਈ ਨਰਕਾ ਅਸੀਂ ਉਸ ਪਾਸੇ ਨੂੰ ਨਾ ਜਾਈਏ ਤੁਹਾਡੇ ਕੋਲ ਵਕੀਲਾਂ ਦੀ ਟੀਮ ਆ ਤੁਸੀਂ ਬਹਾਦਰ ਹੋ ਜੱਜਬਾ ਵੀ ਹੈ ਤੁਸੀਂ ਫਾਈਨੈਂਸ਼ਲੀ ਤੌਰ ਤੇ ਵੀ ਤੁਹਾਡਾ ਸਟਰੋਂਗ ਹੋ ਪਰੰਤੂ ਅੱਜ ਤੁਹਾਨੂੰ ਟ੍ਰਾਇਲ ਫੇਸ ਕਰਨਾ ਚਾਹੀਦਾ ਆ ਕਿਉਂਕਿ ਤੁਸੀਂ ਲੰਮੀ ਲੜਾਈ ਲੜਨੀ ਆ ਤੁਹਾਡੀ ਮੰਗ ਹੈਗੀ ਆ ਖਾਲਸਾ ਰਾਜ ਖਾਲਿਸਤਾਨ ਦੀ ਗੱਲ ਹੈਗੀ ਆ ਤੇ ਜੇ ਤੁਸੀਂ ਅੱਜ ਇਦਾਂ ਹੀ ਛਿਪਾ ਛਿੱਪੀ ਖੇਡਣ ਲੱਗ ਪਏ ਤੇ ਫਿਰ ਲੜਾਈ ਕਿਦਾਂ ਲੜੀ ਜਾਏਗੀ ਇਸ ਕਰਕੇ ਤੁਹਾਨੂੰ ਅੱਗੇ ਆਉਣਾ ਚਾਹੀਦਾ ਤੁਹਾਨੂੰ ਟ੍ਰਾਇਲ ਫੇਸ ਕਰਨਾ ਚਾਹੀਦਾ ਜਦੋਂ ਲੀਡਰ ਅੱਗੇ ਆ ਜਾਂਦਾ ਵਾ ਤੇ ਫਿਰ ਨਾਲ ਦੇ ਜਿਹੜੇ ਸਮਰਥਕ ਹੈਗੇ ਆ ਜਾਂ ਜਿਹੜੇ ਦੂਜੇ ਬਸਿੰਦੇ ਹੈਗੇ ਉਹਨਾਂ ਦੇ ਉੱਤੇ ਪੁਲਿਸ ਦਾ ਸਰਕਾਰ ਦਾ ਜਿਹੜਾ ਡੰਗ ਆ ਉਹ ਘਟ ਜਾਂਦਾ ਆ ਇਸ ਕਰਕੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਹੋਇਆਂ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਆ ਸਾਡੇ ਮਖੂ ਤੋਂ ਜੀਰੇ ਤੋਂ ਬੰਗਾਲੀ ਪੌੜ ਵਾਲੇ ਵੀਰ ਹੈਗੇ ਇਹਨਾਂ ਨੂੰ ਵੀ ਇਮੀਡੀਏਟਲੀ ਛਡਨਾ ਚਾਹੀਦਾ ਤਾਂ ਕਿ ਇਹ ਵੀ ਆਪਣੇ ਬੱਚਿਆਂ ਚ ਜਾ ਕੇ ਕਿਉਂਕਿ ਇਹਨਾਂ ਦਾ ਇੱਕੋ ਹੀ ਮੰਗ ਸੀਗੀ ਕਿ ਅਮਰਤਪਾਲ ਕਿੱਥੇ ਆ ਤੇ ਹੁਣ ਕਲੀਅਰ ਹੋ ਗਿਆ ਵੀ ਅਮਰਤਪਾਲ ਕਿੱਥੇ ਹੈਗਾ ਇਸ ਕਰਕੇ ਜਿਹੜੀ ਇਹ ਮੌਜੂਦਾ ਇੱਥੋਂ ਦਾ ਫਰੋਜਪੁਰ ਦਾ ਪ੍ਰਸ਼ਾਸਨ ਆ ਇਹ ਜਿਹੜੇ ਨੌਜਵਾਨ ਇਹਨਾਂ ਨੂੰ ਜਲਦੀ ਤੋਂ ਜਲਦੀ ਰਿਹਾ ਕਰੇ ਤੁਸੀਂ ਬਿਲਟੀ ਬਣਦੀ ਆ ਵਾਰਿਸ ਪੰਜਾਬ ਦੇ ਮੁਖੀ ਦੀ ਵੀ ਆਪਾਂ ਪਹਿਲੇ ਬੰਦੀ ਸਿੰਘਾਂ ਨੂੰ ਛਡਾਉਂਦੇ ਛਡਾਉਦੇ ਨਵੇਂ ਆਪਾਂ ਹੋਰ ਬੰਦੀ ਬਣਾ ਲਿਆ ਇਸ ਕਰਕੇ ਉਹਨਾਂ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਜਿੱਥੇ ਅਸੀਂ ਬੰਦੀ ਸਿੰਘਾਂ ਦੇ ਮੋਰਚੇ 'ਚ ਸ਼ਾਮਲ ਹੋਣ ਉਹ ਆਪਦਾ ਟ੍ਰੇਲ ਫੇਸ ਕਰਕੇ ਤੇ ਨਾਲ ਦੇ ਆਪਦੇ ਸਾਥੀਆਂ ਨੂੰ ਵੀ ਛਡਵਾਉਣ ਤਾਂ ਕਿ ਇਹ ਜਿਹੜਾ ਪੰਜਾਬ ਦੀ ਮਾਹੌਲ ਮਾਹੌਲ ਵੀ ਸ਼ਾਂਤ ਹੋ ਸਕੇ ਤੇ ਸਰਕਾਰ ਦਾ ਧਿਆਨ ਕਿਉਂਕਿ ਸਰਕਾਰ ਦਾ ਧਿਆਨ ਅਸੀਂ ਸ਼ਾਂਤਪੂਰਵਕ ਤਰੀਕੇ ਦੇ ਨਾਲ ਵਧੀਆ ਮੋੜ ਸਕਦੇ ਆ ਸਾਡੇ ਕੋਲ ਬੜੇ ਸਾਧਨਾਂ ਪਰੰਤੂ ਜਿਹੜੇ ਤਰੀਕੇ ਦੇ ਨਾਲ ਆਪਾਂ ਚੱਲ ਰਹੇ ਆ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦਾ ਸਹਿਮ ਦਾ ਮਾਹੌਲ ਬਣਿਆ ਹੋਇਆ ਦੇਖੋ ਗੁਰਦੁਆਰਾ ਸਾਹਿਬ ਤੇ ਛਾਪੇਮਾਰੀ ਹੋਣੀ ਬਿਲਕੁਲ ਗਲਤ ਹੈਗੀ ਆ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਚਾਹੀਦਾ ਵਾ ਕਿ ਜੇ ਕੋਈ ਉਹਨਾਂ ਦੇ ਕੋਲ ਕੋਈ ਲੱਗਦਾ ਉਹਨਾਂ ਨੂੰ ਸ਼ੱਕੀ ਵਿਅਕਤੀ ਆ ਤਾਂ ਪੁਰਸਨਲ ਕੰਡੈਕਟ ਕਰਨ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਕਿਤੇ ਮਨ ਲੱਗਦਾ ਅਮਰੀਕਾ ਵਿੱਚ ਮਤੇ ਪਿਆ ਕਿ ਫਲਾਣੇ ਦੇ ਪਰਿਵਾਰ ਨੂੰ ਆਉਣ ਆਣਾ ਆਉਣ ਨਹੀਂ ਦਿੱਤਾ ਜਾਵੇਗਾ ਇਹ ਵੀ ਸਿਧਾਂਤ ਸਿੱਖੀ ਸਿਧਾਂਤ ਦੇ ਉਲਟ ਹੈਗਾ ਆ ਇਦਾਂ ਦੀ ਗੱਲ ਵੀ ਨਹੀਂ ਹੋ ਗੁਰਦੁਆਰੇ ਦੇ ਚਾਰ ਦਰਵਾਜੇ ਆ ਦਰਬਾਰ ਸਾਹਿਬ ਦੇ ਚਾਰਾਂ ਵਰਨਾ ਵਾਸਤੇ ਖੁੱਲੇ ਹੈਗੇ ਇੱਥੇ ਕਿਸੇ ਦੀ ਐਂਟਰੀ ਬੈਨ ਨਹੀਂ ਹੋਣੀ ਚਾਹੀਦੀ ਹੈ ਜੀ ਦੇਖੋ ਸਿੱਖ ਲਈ ਹੈਗਾ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣ ਤੇ ਕਿਸੇ ਵੀ ਕੋਈ ਮੁੱਖ ਮੰਤਰੀ ਹੋਵੇ ਕੋਈ ਖਾਲਸਤਾਨੀ ਲੀਡਰ ਹੋਵੇ ਉਹਨਾਂ ਦੀਆਂ ਧੀਆਂ ਭੈਣਾਂ ਲਈ ਮੰਦੀ ਸ਼ਬਦਾਵਲੀ ਵਰਤਣੀ ਬਿਲਕੁਲ ਨੀਚ ਤੇ ਬਚਕਾਨਾ ਤੇ ਇਨਸਾਨੀਅਤ ਤੋਂ ਗਿਰੀ ਹੋਈ ਹਰਕਤ ਆ ਬਹੁਤ ਨੀਵੇਂ ਪੱਦਰ ਦੀ ਨੀਚ ਸੋਚਵਾ ਗੱਲ ਹੁਣ ਮੇਰੇ ਤੇ 307 ਦਾ ਪਰਚਾ ਹੋ ਜਾਏ ਮੈਂ ਭਗੋੜਾ ਹੋ ਜਾ ਤੇ ਮੈਂ ਕਹਾਂ ਕਿ ਮੈਂ ਬਚਣ ਵਾਸਤੇ ਸਰਬਤ ਖਾਲਸਾ ਬੁਲਾਵਾਂ ਤੇ ਇੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਇੱਕ ਭਗੋੜੇ ਵਿਅਕਤੀ ਦੇ ਕਹਿਣ ਦੇ ਉੱਤੇ ਇੱਕ ਵਿਅਕਤੀ ਦੇ ਕਹਿਣ ਉੱਤੇ ਸਰਬਤ ਖਾਲਸਾ ਹੋਏਗਾ ਇਹ ਕਦੇ ਵੀ ਨਹੀਂ ਹੋ ਸਕਦਾ ਦੂਜੀ ਗੱਲ ਜਿਹੜਾ ਸਰਬਤ ਖਾਲਸਾ ਆ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਲੈ ਕੇ ਸ਼ਹੀਦ ਸਿੰਘਾਂ ਨੂੰ ਲੈ ਕੇ ਤੇ ਪੰਜਾਬ ਵਿੱਚ ਫੈਲੀ ਅਰਾਜਕਤਾ ਉਸ ਸਮੇਂ ਦੀ ਪਾਰਟੀ ਨੂੰ ਲੈ ਕੇ ਸਰਬੱਤ ਕਲ ਤਾਂ ਹੋ ਚੁੱਕਿਆ ਤੇ ਜਿਹਦੇ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਨੂੰ ਥਾਪਿਆ ਗਿਆ ਸੀਗਾ ਜਗਤਾਰ ਸਿੰਘ ਹਵਾਰਾ ਜੀ ਡਿਸਾਈਡ ਕਰ ਸਕਦੇ ਆ ਵੀ ਦਸਰਬਤ ਖਾਲਸਾ ਕਦੋਂ ਕਰਾਉਣਾ ਕੀ ਕਰਨਾ ਇਹ ਤਾਂ ਮੇਰੇ ਖਿਆਲ ਇਹ ਤਾਂ ਆਪਣੇ ਆਕਾਵਾਂ ਨੂੰ ਆਕਸੀਜਨ ਦੇਣ ਵਾਸਤੇ ਬਿਆਨ ਸੁਨੇ ਜਾ ਰਹੇ ਆ ਤੇ ਆਪਣੇ ਆਕਾਵਾਂ ਨੂੰ ਆਕਸੀਜਨ ਦਵਾਉਣ ਵਾਸਤੇ ਇਹੋ ਜਿਹਾ ਡਰਾਮਾ ਰਚਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਰਬੱਤ ਖਾਲਸੇ ਦੇ ਕਨਸੈਪਟ ਨੂੰ ਗੰਦਲਾ ਨਹੀਂ ਕਰਨਾ ਚਾਹੀਦਾ ਇੱਕ ਹੀ ਪਵਿੱਤਰ ਜਿਹੜਾ ਸਿੱਖਾਂ ਦਾ ਹੈਗਾ ਇਹ ਪੂਰੀ ਕੌਮ ਦਾ ਆ ਨਾ ਕਿ ਕਿਸੇ ਇੱਕ ਵਿਅਕਤੀ ਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਰਵਉੱਤਮ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਆ ਅੱਗਿਆ ਭਈਆ ਕੱਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਦਾ ਹੁਕਮ ਤੇ ਦੂਜਾ ਦੇਸ਼ ਦੀ ਸੁਪਰੀਮ ਕੋਰਟ ਨੇ ਲਿਵਿੰਗ ਗੁਰੂ ਦਾ ਦਰਜਾ ਦਿੱਤਾ ਹੋਇਆ ਤੇ ਲਿਵਿੰਗ ਗੁਰੂ ਜਿੰਦਾ ਜਗਦਾ ਗੁਰੂ ਨੂੰ ਉਹਦੀ ਮਰਜ਼ੀ ਤੋਂ ਬਿਨਾਂ ਥਾਣਿਆਂ ਵਿੱਚ ਲਿਜਾਣਾ ਢਾਲ ਬਣਾ ਕੇ ਹਰ ਗੱਲ ਗਲਤ ਉਹਦੋਂ ਵੀ ਕਹਿੰਦੇ ਸੀ ਅੱਜ ਵੀ ਗਲਤ ਆ ਤੇ ਉਹ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਤੋਹੀਨ ਇਹਨਾਂ ਨੇ ਜਾਣੇਣ ਜਾਣੇ ਵਿੱਚ ਕੀਤੀ